ਸਤਿਕਾਰ ਦੋਸਤੋ, ਅੱਜ ਤੁਹਾਡੇ ਇਸ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਆਪਾਂ ਜਿਵੇਂ ਦੀਵਾਲੀ ਆ ਗਈ ਨੇੜੇ, ਅਤੇ ਚਲੋ ਹਰ ਸਾਲ ਆਉਂਦੀ ਹੈ, ਪਰ ਆਪਣਾ ਕਮਰਾ ਵੀ ਕਾਫੀ ਸੈੱਟ ਕਰਨ ਵਾਲਾ। ਚਲੋ ਅੱਜ ਇਸ ਬਹਾਨੇ ਨਾਲ ਆਪਾਂ ਕਮਰੇ ਦੀ ਸਫਾਈ ਵਗੈਰਾ ਕਰ ਲਈ। ਦੇਖੋ ਅੱਜ ਪੱਖਾ ਵੀ ਕਿੰਨਾ ਕਾਲਾ ਕਾਲਾ ਹੋਇਆ, ਅਤੇ ਬਾਕੀ ਕਮਰੇ ਦੇ ਵਿੱਚ ਪੂਰਾ ਖਲਾਰਾ ਪਿਆ ਹੋਇਆ। ਉਸ ਤੋਂ ਆਪਾਂ ਜਿਹੜੇ ਸਾਫ਼ ਸਾਫ਼ ਕੱਪੜੇ ਸੀਗੇ ਉਹ ਸਾਰੇ ਚੱਕ ਲਏ, ਅਤੇ ਚੱਕ ਕੇ ਆਪਾਂ ਅਲਮਾਰੀ ਦੇ ਵਿੱਚ ਰੱਖਤੇ ਫਿਲਹਾਲ ਲਈ ਤਹਿ ਲਾ ਕੇ। ਹੁਣ ਆਪਾਂ ਕਰਟਨ ਸਲਾਉਂਦੇ ਹਾਂ, ਕਰਟਨ ਸਲਾ ਕੇ ਧੋਣੇ ਆ, ਚਾਦਰ ਧੋਣੀ ਹੈ ਜਿਹੜੀ ਪੀਸੀ ਦੇ ਸਿਸਟਮ ਪਰ ਲਈ, ਅਤੇ ਆਹ ਚਾਦਰਾਂ ਆਪਾਂ ਸਾਰੇ ਧੋਣੇ ਲੇਫ ਧੋਣੇ ਆ। ਹੁਣ ਵੈਸੇ ਤੁਸੀਂ ਦੇਖ ਰਹੇ ਹੋਗੇ ਸਾਰੀ ਲਾਈਟ, ਇਹ ਸਭ ਨੈਚੁਰਲ ਲਾਈਟ ਆਪਣੀ ਵਿੰਡੋਜ਼ ਦੀ ਇਸ ਕਰਕੇ। ਅਤੇ ਹੁਣ ਆਪਾਂ ਜਿਹੜੇ ਕਰਟਨਸ ਨੇ, ਚਾਦਰਾਂ ਨੇ, ਸਰਾਣੇ ਨੇ, ਪਲੇਫ ਨੇ, ਇਹ ਸਾਰੇ ਆਪਾਂ ਮਸ਼ੀਨ ਦੇ ਵਿੱਚ ਪਾਉਣ ਚੱਲੇ ਹਾਂ। ਅਤੇ ਮਸ਼ੀਨ 'ਚ ਪਾ ਕੇ ਉਹਨੂੰ ਆਪਾਂ ਧੋਣ ਲਾਉਣਾ, ਅਤੇ ਉਹਨਾਂ ਚਿਰ ਆਪਾਂ ਕਰਾਂਗੇ ਸਫਾਈ ਕਮਰੇ ਦੀ, ਜਾਲਿਆਂ ਦੀ ਸਫਾਈ ਕਰਾਂਗੇ, ਜਾਲੇ ਜੁਲੇ ਝਾੜਾਂਗੇ। ਅਤੇ ਹੁਣ ਆਹ ਦੇਖੋ ਕਿੰਨੇ ਕਿੰਨੇ ਵੱਡੇ ਜਾਲ ਚੁੱਕੇ ਹੋਏ। ਸਫਾਈ ਕਰਨੀ ਆਹ ਚੀਜ਼ ਦੀ, ਅਤੇ ਉਹ ਬੁੱਕਸ ਸਾਰੀਆਂ ਸੈੱਟ ਕਰਕੇ ਕਿਸੇ ਬੜੇ ਡੱਬੇ ਦੇ ਵਿੱਚ ਰੱਖਾਂਗੇ। ਵੈਸੇ ਤੁਸੀਂ ਸੋਚ ਰਹੇ ਹੋ ਕਿ ਇੰਨਾ ਸਮਾਨ ਅਸੀਂ ਬੁੱਕਸ ਵਗੈਰਾ ਰੱਖੀਆਂ ਹੋਈਆਂ, ਇੰਨੇ ਪੜ੍ਹਦੇ ਹਾਂ ਅਸੀਂ, ਪਰ ਗੱਲ ਤਾਂ ਅਸਲ ਇਹ ਆ, ਮਨਵੀਰ ਦੱਸੂਗਾ ਕੀ ਗੱਲ ਆ। ਮਨਵੀਰ, ਇੰਨੀ ਬੁੱਕਸ ਦਾ ਰਾਜ ਦੱਸੋ ਕੀ ਆ, ਇੰਨੇ ਪੜ੍ਹਨ ਲੱਗ ਗਏ। ਸੋ ਦੋਸਤੋ, ਜਿਹੜਾ ਆਪਣਾ ਸਮਾਨ ਸੀਗਾ ਬੁੱਕਸ ਵਗੈਰਾ ਦਾ, ਇਹ ਅਸਲ ਦੇ ਵਿੱਚ ਜਿਹੜੇ ਸੀਨੀਅਰ ਸੀਗੇ ਸਾਡੇ, ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਮਕੈਨੀਕਲ ਨਹੀਂ ਸਿਵਲ ਇਲੈਕਟ੍ਰੀਕਲ, ਹਾਂ, ਅਤੇ ਸੀ ਐੱਸ ਸੀ ਵਾਲੇ, ਉਹਨਾਂ ਦੀਆਂ ਸੀਗੀਆਂ ਬੁੱਕਸ ਵਗੈਰਾ। ਸੋ ਸਾਰੀਆਂ ਬੁੱਕਸ ਵਗੈਰਾ ਸਾਡੇ ਸੀਨੀਅਰਸ ਦੀਆਂ ਸੀਗੀਆਂ, ਅਤੇ ਆਪਾਂ ਸਾਰੀਆਂ ਹੁਣ ਜਿਹੜੀਆਂ ਚਾਹੀਦੀਆਂ ਸੀ ਰੱਖ ਲਈਆਂ, ਜਿਹੜੀਆਂ ਨਹੀਂ ਚਾਹੀਦੀਆਂ ਆਪਾਂ ਛੱਡਤੀਆਂ। ਹੁਣ ਆਪਣਾ ਕੀ ਰਹਿ ਗਿਆ, ਪੱਖੇ ਸਾਫ਼ ਕਰਨੇ, ਆਹ ਜਾਲੇ ਝਾੜਨੇ ਸਾਰੇ, ਇੱਕ ਲਾਈਟ ਵੀ ਨਹੀਂ ਆਈ ਹਜੇ, ਅੱਜ ਲਾਈਟ ਪਤਾ ਨਹੀਂ ਕਿਉਂ ਭੱਜੀ ਹੋਈ ਆ, ਬਾਹਰੋਂ ਵੀ ਝਾੜ ਕੇ ਆਉਂਦੇ ਹਾਂ, ਸਾਰੀ ਸਫਾਈ ਕਰ ਦੇਣੀ ਹੈ। ਦੋਸਤੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਮਰੇ ਦੀ ਸਾਰੀ ਸਫਾਈ ਹੋ ਚੁੱਕੀ ਹੈ, ਅਤੇ ਬਾਕੀ ਆ ਸਮਾਨ ਵਗੈਰਾ ਥੋੜ੍ਹਾ ਬਹੁਤ ਸੈੱਟ ਕਰਨਾ ਰਹਿੰਦਾ ਆ, ਇਹ ਅਸੀਂ ਕਰ ਦਾਂਗੇ ਹੁਣ ਘਰੋਂ ਆ ਕੇ। ਅਤੇ ਹੁਣ ਬਸ ਆਪਾਂ ਜਾ ਰਹੇ ਹਾਂ ਘਰੇ, ਤੁਸੀਂ ਦੇਖ ਸਕਦੇ ਹੋ ਬੈੱਡ ਅਸੀਂ ਉੱਧਰਲੇ ਪਾਸੇ ਸ਼ਿਫਟ ਕਰਤੇ, ਅੱਗੇ ਟੇਬਲ ਆਪਣਾ ਉੱਥੇ ਪਿਆ ਹੁੰਦਾ ਸੀਗਾ ਕੰਪਿਊਟਰ ਵਾਲਾ ਟੇਬਲ, ਹੁਣ ਉਹ ਅਸੀਂ ਇੱਧਰ ਸ਼ਿਫਟ ਕਰਤਾ, ਅਤੇ ਬਾਕੀ ਜਾਣੀ ਕਿ ਸਾਰੇ ਬੂਟ ਜਿਹੜੇ ਇੱਥੇ ਪਏ ਹੁੰਦੇ ਸੀਗੇ ਉਹ ਵੀ ਅਸੀਂ ਉੱਧਰ ਸ਼ਿਫਟ ਕਰ ਦਿੱਤੇ ਨੇ। ਕਿੱਥੇ ਗਏ ਬੂਟ? ਅੱਛਾ, ਮਨਵੀਰ ਲੈ ਗਿਆ ਨਾਲ ਯਾਰ, ਸੋਰੀ ਮਨਵੀਰ, ਫਿਰ ਚਲ ਗਿਆ, ਬੂਟ ਉਹਨੇ ਪਿੱਛੇ ਲਾ ਤੇ, ਪਿੱਛੇ
ਡਿਸਕਸ਼ਨ ਕਰਦੇ ਤੇ ਬਾਕੀ ਹੁਣ ਇੱਧਰ ਆਪਣਾ ਮੋਨੀਟਰ ਪਿਆ ਹੁੰਦਾ ਸੀਗਾ, ਮੋਨੀਟਰ ਰਮਨਵੀਰ ਲੈ ਗਿਆ, ਉਹਨਾਂ ਨੂੰ ਚਾਹੀਦਾ ਸੀਗਾ ਕਿਉਂਕਿ ਉਹ ਵੀਡੀਓ ਸ਼ੂਟ ਕਰ ਰਹੇ ਨੇ ਰੈਸਵਰੀ ਪਾਏ ਤੇ। ਥੈਂਕ ਯੂ। ਹੁਣ ਸਾਡੇ ਕਮਰਾ ਬਥੇਰਾ ਖੁੱਲ੍ਹਾ ਹੋ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ, ਆਹ ਸਾਰੀ ਜਗ੍ਹਾ ਬਚ ਗਈ ਹੁਣ ਇੱਥੇ, ਅਤੇ ਇੱਥੇ ਮੈਨੂੰ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਅਤੇ ਸੀ ਆਪਣੀ ਉੱਪਰ ਜਿਹੜੀ ਟਾਂਟ ਜੀ, ਅਤੇ ਇਹ ਵੀ ਆਪਾਂ ਪੂਰੀ ਸੈਟਿੰਗ ਕਰਤੀ ਹੈ ਜਿਹੜੀ, ਉਹ ਬੁੱਕਸ ਸਾਰੀਆਂ ਆਪਾਂ ਲਗਾ ਦਿੱਤੀਆਂ ਉੱਥੇ, ਹੁਣ ਉਹਨੂੰ ਬਸ ਹੁਣ ਉੱਥੇ ਢੱਕ ਦਾਂਗੇ ਉਹਨੂੰ। ਹੁਣ ਆਪਾਂ ਹੋਣ ਲੱਗੀਆਂ ਤਿਆਰ, ਘਰੇ ਚੱਲੇ ਹਾਂ, ਅਤੇ ਘਰੋਂ ਆ ਕੇ ਬਾਕੀ ਜਿਹੜਾ ਹੋਰ ਟੇਬਲ ਵਗੈਰਾ ਦਾ ਸਮਾਨ ਉਹ ਸੈੱਟ ਕਰਾਂਗੇ। ਅਤੇ ਇਹ ਵੀਡੀਓ ਮੈਂ ਐਡਿਟ ਹੁਣ ਮੈਨੂੰ ਫੋਨ 'ਚ ਹੀ ਕਰਨੀ ਪੈਣੀ ਕਿਉਂਕਿ ਮੈਂ ਘਰੇ ਜਾ ਰਿਹਾ, ਮੇਰੇ ਕੋਲ ਲੈਪਟੋਪ ਤਾਂ ਹੈ ਨਹੀਂ। ਸੋ ਇਹ ਵੀਡੀਓ ਮੈਂ ਫੋਨ 'ਚ ਐਡਿਟ ਕਰੂੰਗਾ ਅਤੇ ਫੋਨ 'ਚ ਐਡਿਟ ਕਰਕੇ ਅਪਲੋਡ ਕਰੂੰਗਾ। ਪਤਾ ਨਹੀਂ ਹੁਣ ਕਦੋਂ ਕਰੂੰਗਾ, ਪਤਾ ਨਹੀਂ ਦੀਵਾਲੀ ਤੋਂ ਪਹਿਲਾਂ ਕਰੂੰ, ਪਤਾ ਨਹੀਂ ਦੀਵਾਲੀ ਤੋਂ ਬਾਅਦ ਕਰੂੰ, ਪਤਾ ਨਹੀਂ ਦੀਵਾਲੀ ਵਾਲੇ ਦਿਨ ਕਰੂੰ। ਸੋ ਵੀਡੀਓ ਤੁਹਾਨੂੰ ਮਿਲ ਜੂਗੀ। ਅੱਜ ਦਿਨ ਸੀਗਾ ਸ਼ੁੱਕਰਵਾਰ, ਅਤੇ ਕੱਲ੍ਹ ਨੂੰ ਸ਼ਨੀਵਾਰ, ਸ਼ਾਇਦ ਮੈਂ ਕੱਲ੍ਹ ਹੀ ਐਡਿਟ ਕਰ ਲੂੰਗਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ, ਕਮਰੇ ਦੀ ਸਫਾਈ ਵਾਲੀ, ਵੈਸੇ ਸਾਨੂੰ 4 ਤੋਂ 5 ਘੰਟੇ ਲੱਗ ਗਏ ਸਫਾਈ ਕਰਦੇ ਕਰਦੇ, ਅਤੇ ਤਾਂ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਬਾਕੀ ਚੈਨਲ ਤੁਸੀਂ ਸਬਸਕ੍ਰਾਈਬ ਕਰੀ ਲਿਆ ਹੋਣਾ। ਸੋ ਮਿਲਦੇ ਤੁਹਾਨੂੰ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਤੁਸੀਂ ਸਾਡੇ ਵਲੌਗ ਦੇਖਦੇ ਰਹੋ ਅਤੇ ਸਾਡੇ ਨਾਲ ਜੁੜੇ ਰਹੋ। ਸੋ ਸੀ ਯੂ ਗਾਇਜ਼ ਇਨ ਨੈਕਸਟ ਵੀਡੀਓ।